ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਬੀਤੇ ਦਿਨੀ ਜਲੰਧਰ ਅਧੀਨ ਪੈਂਦੇ ਦਕੋਹਾ ਵਿਖੇ ਇਲਾਕੇ ਦੇ ਪਤਵੰਤ ਵਿਅਕਤੀਆਂ ਦੀ ਇੱਕ ਸਾਂਝੀ ਮੀਟਿੰਗ ਸਾਬਕਾ ਕੌਂਸਲਰ ਬਲਵੀਰ ਸਿੰਘ ਬਿੱਟੂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ 'ਚ ਆਏ ਦਿਨ ਜੋ ਇਲਾਕੇ ਦੇ ਖਾਲੀ ਪਏ ਪਲਾਟਾਂ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਹਿਰ ਦਾ ਕੂੜਾ ਕਰਕਟ ਸੁੱਟ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਉਸਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਅਤੇ ਸੰਬੰਧੀ ਅਹਿਮ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਬਲਵੀਰ ਸਿੰਘ ਬਿੱਟੂ ਅਤੇ ਹੋਰਨਾਂ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਕਈ ਵਾਰ ਸੰਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਕੋਈ ਵੀ ਅਧਿਕਾਰੀ ਇਸਦਾ ਸੰਤੁਸ਼ਟੀ ਭਰਿਆ ਜਵਾਬ ਨਹੀਂ ਦਿੰਦਾ। ਇਲਾਕੇ ਦੇ ਲੋਕਾਂ ਦਾ ਕਹਿਣਾ ਕਿ ਇੱਥੇ ਚਰਚ ਮੰਦਰ ਦੇ ਨਾਲ ਨਾਲ ਹੋਰ ਵੀ ਧਾਰਮਿਕ ਸਥਾਨ ਨੂੰ ਜਾਣ ਵਾਲੇ ਮੁੱਖ ਰਾਹ ਹਨ ਲੇਕਿਨ ਇੰਨੇ ਧੂੰਏ ਦੇ ਕਾਰਨ ਇੱਥੋਂ ਲੰਘਣਾ ਤਾਂ ਕੀ ਸਾਹ ਲੈਣਾ ਵੀ ਔਖਾ ਹੋਇਆ ਪਿਆ ਹੈ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਉਹਨਾਂ ਦੀ ਇਹੋ ਇੱਕ ਮੁੱਖ ਮੰਗ ਹੈ ਕਿ ਇੱਥੇ ਸ਼ਹਿਰ ਦਾ ਕੂੜਾ ਨਾ ਸੁੱਟਣ ਦਿੱਤਾ ਜਾਵੇ। ਜੇਕਰ ਸਾਡੀ ਮੰਗ ਨਹੀਂ ਮੰਨੀ ਜਾਂਦੀ ਤਾਂ ਮਜਬੂਰਨ ਇਲਾਕਾ ਨਿਵਾਸੀ ਧਰਨੇ 'ਤੇ ਬੈਠਣਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਮੌਜੂਦਾ ਕੌਂਸਲਰ ਦੀ ਹੋਵੇਗੀ। ਇਸ ਮੌਕੇ ਸਾਬਕਾ ਕੌਂਸਲਰ ਬਲਵੀਰ ਸਿੰਘ ਬਿੱਟੂ, ਕਮਲਜੀਤ ਸਿੱਧੂ, ਸ਼ੇਰਾ ਅਮਰਜੀਤ, ਬਲਵੀਰ ਸਿੰਘ, ਬਲਵਿੰਦਰ ਸਿੰਘ, ਜਤਿੰਦਰ ਕੁਮਾਰ, ਧਰਮਪਾਲ, ਨਰਿੰਦਰ ਕੁਮਾਰ, ਹਰਿੰਦਰ, ਬਬਲੀ ਮਰਵਾਹਾ, ਮੁਕੇਸ਼ ਮਹਿਤਾ, ਰਿੰਪੀ, ਸਨੀ ਸ਼ਰਮਾ ਅਤੇ ਹੋਰ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ। ਕੂੜਾ ਕੋਈ ਲੱਗਦਾ ਉੱਥੇ ਰੋਜ਼ ਦੀ ਰੋਜ਼ ਲਿਫਟਿੰਗ ਹੋਵੇ, ਇਹਨੂੰ ਡੰਪ ਨਹੀਂ ਅਸੀਂ ਬਣਨ ਦੇਣਾ, ਲੋਕਾਂ ਦੀ ਸਿਹਤ ਨਾਲ ਅਸੀਂ ਪਰਿਵਾਰ ਨਹੀਂ ਪਾਉਣ ਦੇਣਾ। ਇਸ ਸੰਬੰਧ ਵਿੱਚ ਅੱਜ ਜਿਹੜੀ ਹੈ ਮੀਟਿੰਗ ਮੌਜੂਦਾ ਜਿਹੜੇ ਪ੍ਰਸ਼ਾਸਨ ਦੇ ਉਹਨਾਂ ਨੂੰ ਆਲਰੇਡੀ ਪਤਾ ਆ, ਸਾਡੇ ਇੱਥੋਂ ਕਾਫੀ ਪਹਿਲਾਂ ਮਿਲ ਕੇ ਵੀ ਆਏ, ਕਮਿਸ਼ਨਰ ਸਾਹਿਬ ਨੂੰ ਵੀ ਮਿਲ ਕੇ ਆਏ ਸੀ, ਜਿਹੜੇ ਮੌਕੇ ਦੇ MLA ਨੇ ਉਹਨਾਂ ਨੂੰ ਵੀ ਮਿਲ ਕੇ ਆਏ ਸੀ ਕਿ ਇਹ ਜਿਹੜਾ ਇੱਥੇ ਡੰਪ ਨਾ ਬਣਾਇਆ ਜਾਵੇ। ਔਰ ਸਭ ਤੋਂ ਵੱਡੀ ਗੱਲ, ਅੱਜ ਜਿਹੜੀ ਮੀਟਿੰਗ ਸੀ ਇਹ ਕੋਈ ਇੱਕ ਪਾਰਟੀ ਦੀ ਨਹੀਂ ਸੀ, ਸਾਰੇ ਪਾਰਟੀਆਂ ਦੇ ਔਰ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਸਾਰਿਆਂ ਨੇ ਸਾਂਝੇ ਤੌਰ 'ਤੇ ਜਿਹੜੀ ਇਹ ਮੀਟਿੰਗ ਕੀਤੀ ਹੈ। ਇਸ ਵਿੱਚ ਕੋਈ ਪਾਰਟੀਬਾਜ਼ੀ ਦੀ ਗੱਲ ਨਹੀਂ ਸੀਗੀ, ਔਰ ਕਾਰਪੋਰੇਸ਼ਨ ਦੇ ਅਫਸਰਾਂ ਦੇ ਔਰ ਜਿਹੜੇ ਸਾਡੇ MLA ਨੇ ਉਹਨਾਂ ਦੇ ਕੌਂਸਲਰ ਨੇ ਮੱਥੇ ਨੇ ਉਹਨਾਂ ਦੇ ਸਾਰਿਆਂ ਦੇ ਧਿਆਨ ਵਿੱਚ ਇਹ ਗੱਲ, ਪਰ ਕਿਸੇ ਨੇ ਕੋਈ ਇਸ ਵੱਲ ਧਿਆਨ ਨਹੀਂ ਦਿੱਤਾ। ਕਾਰਵਾਈ ਦਾ ਅਸੀਂ ਦੱਸ ਦਿੱਤਾ ਵੀ ਸਾਰੇ ਹੀ ਫਿਰ ਇਕੱਠੇ ਹੋ ਕੇ ਅਸੀਂ ਇੱਥੇ ਕੂੜਾ ਨਹੀਂ ਸੁੱਟਣ ਦੇਣਾ। ਜਦੋਂ ਸਾਰੇ ਦਕੋਹਾ ਨਿਵਾਸੀ ਜਿਹੜੇ ਇੱਥੇ ਦੇ ਰਹਿਣ ਵਾਲੇ ਆ, ਜਦੋਂ ਉਹ ਵੀ ਇਹ ਚਾਹੁੰਦੇ ਆ ਵੀ ਨਹੀਂ ਕਿਉਂ ਸੁੱਟਣ ਦਿੱਤਾ ਜਾਵੇ, ਲੋਕਾਂ ਦੀ ਸਿਹਤ ਨਾਲ ਇਸ ਤਰ੍ਹਾਂ ਕਰੋ ਕਿਤੇ ਹੁੰਦਾ। ਰੋਜ਼ ਆਪਾਂ ਸੁਣਦੇ ਸਵੱਛ ਭਾਰਤ ਲਈ, ਸਮਾਰਟ ਸਿਟੀ ਦਾ ਰੋਜ਼ ਪ੍ਰੋਜੈਕਟਾਂ ਦੀ ਗੱਲ ਹੋ ਰਹੀ ਆ, ਔਰ ਇਹ ਹਾਲਾਤ ਆਹ ਬਣਾਈ ਜਾ ਰਹੇ ਇਹ ਲੋਕਾਂ ਦਾ ਹੀ। ਅਸੀਂ ਤਾਂ ਹੀ ਅੱਜ ਇਕੱਠੇ ਹੋਏ ਸੀ ਕਿ ਚਲੋ ਤੁਸੀਂ ਵੀ ਮੀਡੀਆ ਥਰੂ ਇਹ ਲੋਕਾਂ ਤੱਕ ਗੱਲ ਪਹੁੰਚੀ ਕਿ ਹੈ ਕੀ, ਇਹਨਾਂ ਦੀ ਸੋਚ ਕੀ ਆ ਔਰ ਕਰ ਕੀ ਰਹੇ ਆ, ਕਿ ਆ ਕੇ ਦੇਖਣ ਤਾਂ ਸਹੀ ਕੀ ਸਵੱਛ ਭਾਰਤ ਦਾ ਕੀ ਇਹ ਨਮੂਨਾ ਦੇ ਰਹੇ ਆ, ਸਮਾਰਟ ਸਿਟੀ ਲਈ ਕੀ ਸੋਚ ਰਹੇ। ਸਾਰਾ ਕੂੜਾ ਲਿਆ ਕੇ ਉਹਨੂੰ ਅੱਗ ਲਾ ਰਹੇ, ਰੋਜ਼ ਫਾਇਰ ਬ੍ਰਿਗੇਡ ਦੀ ਗੱਡੀ 4-5 ਵਾਰੀ ਆ ਚੁੱਕੀ ਆ, ਪੋਲਿਊਸ਼ਨ ਬੋਰਡ ਦੇ ਅਧਿਕਾਰੀ ਆ ਕੇ ਦੇਖ ਚੁੱਕੇ ਆ ਮੌਕਾ, ਪਰ ਫਿਰ ਵੀ ਕਿਸੇ ਨੂੰ ਕੋਈ ਸੁਣਵਾਈ ਨਹੀਂ।